ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੂ ਐਜੂਕੇਸ਼ਨ ਵਿੱਚ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਬੜਾ ਹੀ ਘੈਂਟ ਜਿਹਾ ਟੌਪਿਕ ਹੈ ਕਿ ਅਸੀਂ ਸਾਰੇ ਜਾਣੇ ਬੜੀ ਵਾਰੀ ਇਹ ਪਲੈਨਿੰਗ ਕਰਦੇ ਹਾਂ ਵੀ ਕੱਲ ਨੂੰ ਮੈਂ ਤੜਕੀ ਸਵੇਹਾ ਉੱਠੂ ਕੱਲ ਨੂੰ ਤਾਂ ਮੈਂ 5 ਵਜੇ ਉੱਠ ਗੜੂ 4 ਵਜੇ ਉੱਠ ਗੜੂ ਫਿਰ ਫੱਟੇ ਚੱਕ ਦੂੰ ਸਾਰਾ ਕੰਮ ਕਰ ਲਵਾਂ ਚਾਹੇ ਪੜ੍ਹਾਈ ਵਾਲਾ ਚਾਹੇ ਕਾਸੇ ਮਰਜੀ ਦਾ ਕੰਮ ਆ ਉਹ ਮੈਂ ਤੜਕੀ ਉੱਠ ਕੇ ਪੂਰਾ ਕਰ ਦੂੰ ਪਰ ਹੁੰਦਾ ਕੀ ਆ ਸਾਡੇ ਤੋਂ ਸਵੇਰੇ ਉੱਠਿਆ ਹੀ ਨਹੀਂ ਜਾਂਦਾ ਜੇ ਉੱਠਿਆ ਵੀ ਜਾਵੇ ਤਾਂ ਦੋ ਦਿਨ ਜਾਂ ਤਿੰਨ ਕ ਦਿਨ ਗੱਡੀ ਚੱਲਦੀ ਆ ਉਸ ਤੋਂ ਬਾਅਦ ਕਹਾਣੀ ਉਥੇ ਹੀ ਫੇਰ ਆ ਜਾਂਦੀ ਆ ਤੇ ਇਹਦੇ ਪਿੱਛੇ ਕੀ ਕਾਰਨ ਨੇ ਤੇ ਇਹਦਾ ਹੱਲ ਕੀ ਆ ਅੱਜ ਆਪਾਂ ਉਹਦੇ ਤੇ ਡਿਸਕਸ਼ਨ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਨੂੰ ਯਕੀਨੀ ਬਣਾ ਲਈਏ ਕਿ ਜਦੋਂ ਅਸੀਂ ਸਵੇਰੇ ਜਲਦੀ ਉੱਠਣਾ ਤਾਂ ਅਸੀਂ ਫਿਜ਼ੀਕਲੀ ਤੇ ਮੈਂਟਲੀ ਸਰੀਰਕ ਤੇ ਦਿਮਾਗੀ ਦੋਨੇ ਪੱਖਾਂ ਤੋਂ ਤਿਆਰ ਹੋਣੇ ਚਾਹੀਦੇ ਆ ਫੇਰ ਗੱਲ ਬਣੂਗੀ ਜਦੋਂ ਅਸੀਂ ਦੋਨੇ ਪੱਖਾਂ ਤੋਂ ਤਿਆਰ ਆ ਤਾਂ ਅਸੀਂ ਜਿੰਨੇ ਵਜੇ ਸਵੇਰੇ ਮਿਥਿਆ ਹੋਊਗਾ ਜ਼ਰੂਰ ਉਠਾਂਗੇ అలਾਰਮ ਲਾਉਣ ਦੀ ਜ਼ਰੂਰਤ ਨਹੀਂ ਪੈਣੀ ਇਹ ਅਜ ਮਾ ਕੇ ਦੇਖਿਓ ਇਹ ਪੱਕੀ ਗੱਲ ਹੈ ਲਓ ਜੀ ਸਭ ਤੋਂ ਪਹਿਲੀ ਗੱਲ ਆ ਗਈ ਫਿਜ਼ੀਕਲੀ ਜਦੋਂ ਸਾਡੀ 7 ਤੋਂ 8 ਘੰਟਿਆਂ ਦੀ ਨੀਂਦ ਪੂਰੀ ਨਹੀਂ ਹੋਈ ਤਾਂ ਸਵੇਰੇ ਜਦੋਂ ਅਸੀਂ ਉਠਾਂਗੇ ਸਾਡੇ ਦਿਮਾਗ ਦੀ ਪ੍ਰੋਪਰ ਰੈਸਟ ਨਹੀਂ ਹੋਈ ਜੇ ਅਸੀਂ ਕੋਈ ਕੰਮ ਕਰਨ ਲੱਗ ਪਈਏ ਉਹ ਚ ਆਉਟਪੁੱਟ ਪ੍ਰੋਪਰ ਨਹੀਂ ਆਉਣੀ ਸਾਨੂੰ ਨੀਂਦ ਆਈ ਜਾਊ ਜਾਂ ਕਹਿ ਲਓ ਸਾਡੇ ਤੋਂ ਹੋ ਸਕਦਾ 11 ਵਜੇ ਉੱਠਿਆ ਹੀ ਨਾ ਜਾਵੇ ਕਿਉਂਕਿ 7 ਤੋਂ 8 ਘੰਟਿਆਂ ਦੀ ਸਾਡੀ ਜਿਹੜੀ ਇੱਕ ਰੈਸਟ ਆ ਪ੍ਰੋਪਰ ਸਾਡੇ ਦਿਮਾਗ ਨੂੰ ਜਿੰਨੀ ਚਾਹੀਦੀ ਆ ਉਹ ਪੂਰੀ ਨਹੀਂ ਹੋਈ ਨੀਂਦ ਹੀ ਨਹੀਂ ਪੂਰੀ ਹੋਈ ਇਸ ਕਰਕੇ ਸਭ ਤੋਂ ਪਹਿਲੀ ਜ਼ਰੂਰੀ ਗੱਲ ਹੈ ਨੀਂਦ ਪੂਰੀ ਕਰਨੀ ਕਹਿ ਲਓ ਆਪਾਂ ਮੰਨ ਲਓ 4 ਵਜੇ ਸਵੇਰੇ ਉੱਠਣ ਦਾ ਟਾਰਗੇਟ ਰੱਖਿਆ ਆ ਇਹਦਾ ਮਤਲਬ ਇਹ ਆ ਵੀ ਅਸੀਂ ਰਾਤ ਨੂੰ 9 ਤੋਂ 10 ਦੇ ਵਿੱਚ ਵਿੱਚ ਸੌਂ ਜੀਏ ਜੇ ਅਸੀਂ 9 ਵਜੇ ਸੌਵਾਂਗੇ ਫੇਰ ਹੀ ਸਾਡੀ ਨੀਂਦ ਪੂਰੀ ਹੋਊਗੀ ਫੇਰ ਹੀ 4 ਵਜੇ ਉੱਠਾਂਗੇ ਹੁਣ ਜੇ ਆਪਾਂ ਸੌਣਾ ਹੀ 12 ਵਜੇ ਆ ਤਾਂ 4 ਵਜੇ ਜੇ ਉੱਠ ਵੀ ਖੜੇ ਤਾਂ ਉਹ ਗੱਲ ਜੀ ਬਣਨੀ ਨਹੀਂ ਸਾਡੇ ਦਿਮਾਗ ਨੇ ਉੰਨੀ ਆਉਟਪੁੱਟ ਦੇਣੀ ਨਹੀਂ ਤੇ ਨਾਲੇ ਆਪਾਂ ਦਿਨੇ ਵੀ ਸੌਈ ਜਾਵਾਂਗੇ ਹਨਾ ਊਂਗ ਜੀ ਆਈ ਜਾਊਗੀ ਅੰਦਰ ਸੁਸਤੀ ਜੀ ਹੋਊਗੀ ਇਸ ਕਰਕੇ ਪਹਿਲਾ ਕੰਮ ਆਪਾਂ ਇਹ ਕਰਨਾ ਵੀ ਆਪਾਂ ਆਪਣੀ ਨੀਂਦ ਪੂਰੀ ਕਰਨੀ ਆ ਜੇ ਅਸੀਂ ਟਾਈਮ ਨਾਲ ਸੌਂਗੇ ਤਾਂ ਅਸੀਂ ਤੜਕੇ ਵੀ ਟਾਈਮ ਨਾਲ ਉੱਠ ਖੜਾਂਗੇ ਪਰ ਪੰਗਾ ਇਹ ਪੈ ਜਾਂਦਾ ਵੀ ਜਦੋਂ ਹੀ ਅਸੀਂ ਸੌਣ ਲੱਗਦੇ ਆ ਉਧਰੋਂ ਫੋਨ ਤੇ ਹੋ ਜਾਂਦਾ ਟੂੜੂ ਟੂੜੂ ਫਿਰ ਅਸੀਂ ਫੋਨ ਚੱਕ ਲੈਨੇ ਆ ਸਾਨੂੰ ਲੱਗਦਾ ਵੀ ਚਲ ਇੱਕ ਦੋ ਰਫਲਾਈ ਜੇ ਲਵੇਟ ਦਈਏ 5-7 ਮਿੰਟ ਤਾਂ ਲੱਗਣੇ ਆ ਤੇ ਉਹ 5-7 ਮਿੰਟ ਕਦੋਂ 50-70 ਮਿੰਟ ਬਣ ਜਾਂਦੇ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਸਕਰੋਲਿੰਗ ਕਰਦੇ ਕਰਦੇ ਕੋਈ ਅਗਲੀ ਵੀਡੀਓ ਆ ਗਈ ਉਹ ਦੇਖ ਲਿਆ ਕੋਈ ਆਹ ਦੇਖ ਲਿਆ ਤੇ ਫੋਨ ਚਲਾਉਂਦੇ ਚਲਾਉਂਦੇ ਇੰਨੀ ਲੇਟ ਹੋ ਜਾਂਦੀ ਆ ਫਿਰ ਅਸੀਂ ਸੋਚ ਲੈਂਦੇ ਆ ਵੀ ਛੱਡ ਯਾਰ ਹੁਣ ਕਿੱਥੋਂ ਸਦੇ ਆ ਉੱਠਿਆ ਜਾਉ ਪੈ ਜੀਏ ਤੇ ਅਗਲੀ ਗੱਲ ਇਹ ਆ ਵੀ ਹੁਣ ਅਸੀਂ ਉੱਠ ਰਹੇ ਆ ਮੰਨ ਲਓ 8 ਵਜੇ ਸਾਨੂੰ ਪਤਾ ਅਸੀਂ ਵੀ ਜਾਂ 4 ਵਜੇ ਉੱਠਣਾ ਜਾਂ ਅਸੀਂ 5 ਵਜੇ ਉੱਠਣਾ ਅਸੀਂ ਇਹਨਾਂ ਦੋਨਾਂ 'ਚ ਇੱਕ ਟਾਰਗੇਟ ਲਾ ਲਿਆ ਅਸੀਂ 8 ਵਜੇ ਉੱਠ ਰਹੇ ਹਾਂ ਅੱਜ ਅਸੀਂ 8 ਵਜੇ ਉੱਠੇ ਹਾਂ ਕੱਲ ਨੂੰ ਅਸੀਂ ਸਿੱਧਾ ਹੀ ਸੋਚਿਆ ਵੀ ਅਸੀਂ 5 ਵਜੇ ਉੱਠਾਂਗੇ ਵੀ 3 ਘੰਟੇ ਪਹਿਲਾਂ ਹੁਣ ਕਿੰਨੇ ਦਾ ਸਾਲਾਂ ਦਾ ਸਾਡਾ ਰੁਟੀਨ ਚੱਲੀ ਜਾਂਦਾ ਕਈ ਸਾਲ ਹੋ ਗਏ ਅਸੀਂ ਰੋਜ਼ 8 ਵਜੇ ਉੱਠਦੇ ਹਾਂ ਤਾਂ ਇੱਕੋ ਦਮ ਅਸੀਂ ਕਹਿਣੇ ਹ ਵੀ ਹੁਣ 5 ਵਜੇ ਉੱਠਣ ਲੱਗ ਜਾਈਏ ਚਲੋ ਮੰਨ ਲੈਨੇ ਆ ਗੱਲ ਵੀ ਅਸੀਂ ਕੱਲ ਨੂੰ 5 ਵਜੇ ਉੱਠ ਖੜੇ ਪਰਸੋਂ ਵੀ ਅਸੀਂ 5 ਵਜੇ ਉੱਠ ਖੜੇ ਤੀਜੇ ਦਿਨੇ ਸੰਭਾਵਨਾ ਪੂਰੀ ਹੈ ਵੀ 5 ਵਜੇ ਸਾਡੇ ਤੋਂ ਉੱਠਿਆ ਨਹੀਂ ਜਾਣਾ ਫੇਰ ਥੱਲੇ ਨੂੰ ਆਉਣ ਲੱਗ ਜਾਨਾ ਇਹ ਦੋ ਦਿਨ ਅਸੀਂ ਕਿਉਂ ਠਗੜੇ ਕਿਉਂਕਿ ਸਾਡੇ ਚ એનર્ਜੀ ਜੀ ਆਈ ਹੋਈ ਸੀ ਅਸੀਂ ਹਵਾ ਜੀ ਚਾਏ ਹੋਈ ਸੀ ਜੋਸ਼ ਜੇ ਚ ਸੀਗੇ ਵੀ ਯਾਰ ਉੱਠਣਾ ਹੈ ਉੱਠਣਾ ਹੈ 5 ਵਜੇ ਉੱਠ ਤਾ ਖੜੇ ਇਹਦਾ ਮਤਲਬ ਕੀ ਹੋ ਗਿਆ ਵੀ ਆਪਾਂ ਸਰੀਰ ਨਾਲ 3 ਘੰਟਿਆਂ ਦੀ ਅਡਜਸਟਮੈਂਟ ਕਰਤੀ ਫਿਜ਼ੀਕਲੀ ਸਾਡਾ ਰੁਟੀਨ ਅੱਠ ਤੇ ਚੱਲ ਰਿਹਾ ਸੀ ਸਿੱਧੋ ਹੀ 3 ਘੰਟੇ ਛਾਲ ਮਰਵਾਤੀ ਤੇ ਪੰਗਾ ਉੱਥੇ ਪੈ ਗਿਆ ਵੀ ਉਹ ਜਿਹੜਾ ਫਿਰ ਰੁਟੀਨ ਸੀ ਉਹ ਚੱਲ ਨਹੀਂ ਸਕਿਆ ਲੰਮਾ ਟਾਈਮ ਜਿਹੜਾ ਸਾਡਾ ਸਰੀਰ ਆ ਉਹਨੂੰ ਇੱਕੋ ਦਮ ਅਡਾਪਟ ਨਹੀਂ ਕਰ ਸਕਿਆ ਤੇ ਗੱਡੀ ਜੀ ਖੜ ਗਈ ਕਿਉਂਕਿ ਤਾਂ ਉਹ ਗੱਲ ਜੀ ਹੋ ਗਈ ਵੀ ਹਜੇ ਸਾਡੀ ਬਾਡੀ ਦੀ ਕਪੈਸਿਟੀ ਆ 5 ਕਿਲੋ ਚੱਕਣ ਦੀ ਤੇ ਅਸੀਂ ਟਾਰਗੇਟ ਰੱਖਿਆ ਵੀ 20 ਕਿਲੋ ਚੱਕਣਾ ਜੇ ਅਸੀਂ ਅੱਜ ਹੀ ਸਿੱਧਾ 20 ਕਿਲੋ ਚੱਕ ਲਾਂਗੇ ਤਾਂ ਸਾਨੂੰ ਪਤਾ ਹੀ ਆ ਵੀ ਕੀ ਹੋਣਾ ਪਰ ਜੇ ਅਸੀਂ ਸ਼ਿਫਟਾਂ ਚ ਚਾਵਾਂਗੇ ਵੀ 7 ਕਿਲੋ 10 ਕਿਲੋ 15 ਫਿਰ 20 ਫਿਰ ਅਸੀਂ ਆਪਦੇ ਟਾਰਗੇਟ ਤੇ ਜ਼ਰੂਰ ਪਹੁੰਚ ਜਾਾਂਗੇ ਤੇ ਨਜ਼ਾਰਾ ਵੀ ਆਊਗਾ ਇਸ ਕਰਕੇ ਆਪਾਂ ਐਡਾ ਵੱਡਾ ਪੰਗਾ ਸਿੱਧਾ ਜੇ ਨਾ ਲਈਏ ਆਪਾਂ ਪਹਿਲਾਂ ਸ਼ੁਰੂ ਕਰ ਲਈਏ ਵੀ ਅਸੀਂ 7 ਵਜੇ ਉੱਠਣਾ 7 ਵਜੇ ਉੱਠਣਾ ਸ਼ੁਰੂ ਕਰਤਾ 7 ਤੋਂ ਬਾਅਦ 10 ਕ ਦਿਨ ਆਪਾਂ 7 ਵਜੇ ਚਲਾਇਆ ਉਸ ਤੋਂ ਬਾਅਦ ਆਪਾਂ ਕਵਾਂਗੇ ਵੀ ਹੁਣ ਅਸੀਂ 6 ਵਜੇ ਉੱਠਣਾ 10 ਕ ਦਿਨ ਆਪਾਂ 6 ਵਜੇ ਚਲਾ ਲਿਆ 6 ਤੋਂ ਬਾਅਦ ਅਸੀਂ ਕਵਾਂਗੇ ਵੀ ਅਸੀਂ ਹੁਣ 5 ਵਜੇ ਉੱਠਣਾ ਸ਼ੁਰੂ ਕਰਨਾ 10 ਕ ਦਿਨ ਫੇਰ 5 ਵਜੇ ਉੱਠਣਾ ਸ਼ੁਰੂ ਕਰਤਾ 30 ਦਿਨਾਂ ਦੀ ਖੇਡ ਆ ਹੌਲੀ ਹੌਲੀ 8 ਵਜੇ ਤੋਂ ਆਪਾਂ 5 ਵਜੇ ਤੇ ਆ ਗਏ ਜੇ ਆਪਾਂ ਇਸ ਤਰ੍ਹਾਂ ਚੱਲੀਏ ਤਾਂ ਥੋੜਾ ਜਿਹਾ ਸੌਖਾਗਾ ਨਹੀਂ ਤਾਂ ਸਿੱਧਾ ਹੀ ਆਪਾਂ ਪੰਗਾ ਲੈ ਲਿਆ ਵੱਡੇ ਟਾਰਗੇਟ ਰੱਖ ਕੇ ਬਹਿ ਗਏ ਤਾਂ ਥੋੜਾ ਜਿਹਾ ਮੁਸ਼ਕਲ ਬਣ ਜਾਣਾ ਕਿਉਂਕਿ ਸਾਡੀ ਬੋਡੀ ਨੂੰ ਆਦਤ ਪਈ ਹੋਈ ਹੈ 8 ਵਜੇ ਉੱਠਣ ਦੀ ਤੇ ਹੁਣ ਜਦੋਂ ਇਹਨੂੰ ਆਪਾਂ 5 ਤੇ ਲੈ ਕੇ ਜਾਣਾ ਜੇ 5 6 7 8 ਐਂ ਕਰਕੇ ਜਾਵਾਂਗੇ ਤਾਂ ਇਹਨੂੰ ਵੀ ਨਜ਼ਾਰਾ ਆਊਗਾ ਇਹ ਸੌਖੀ ਵਗ ਜੂਗੀ ਜੇ ੱੱ ੱਕਾ ਕਰਾਂਗੇ ਤਾਂ ਹੋ ਸਕਦਾ ਸਾਡਾ ਦਾਣਾ ਪਾਣੀ ਅੱਧ ਚ ਹੀ ਮੁੱਕ ਜੇ ਤੇ ਅਸੀਂ ਅੱਕ ਜੇ ਜਾਈਏ ਵੀ ਛੱਡ ਪਰੇ ਯਾਰ ਜਿਵੇਂ ਚੱਲੀ ਜਾਂਦਾ ਠੀਕ ਹੈ ਕੀ ਲੈਣਾ ਜਾਂ ਕਹਦੀ ਮੈਥੋਂ ਨਹੀਂ ਉੱਠਿਆ ਜਾਂਦਾ ਇਸ ਕਰਕੇ ਆਪਾਂ ਸਟੈਪ ਜੇ ਬਣਾ ਲੈਣੇ ਆ ਇਹ ਜੇ ਅਸੀਂ ਲਾਗੂ ਕਰਕੇ ਦੇਖੀਏ ਤਾਂ ਇਹ ਪੱਕੀ ਗੱਲ ਆ ਵੀ ਅਸੀਂ ਜ਼ਰੂਰ ਜਲਦੀ ਸਵੇਹਾ ਉੱਠ ਖੜਾਂਗੇ ਹੁਣ ਇਹ ਤਾਂ ਹੋ ਗਈ ਫਿਜ਼ੀਕਲੀ ਗੱਲ ਅਗਲੀ ਆ ਗਈ ਮੈਂਟਲੀ ਦਿਮਾਗੀ ਤੌਰ ਤੇ ਦੇਖੋ ਅਸਲੀ ਜਿਹੜੀ ਕਹਾਣੀ ਹੈ ਨਾ ਅਸਲੀ ਕਹਾਣੀ ਇਹ ਵੀ ਚਲੋ ਆਪਾਂ ਲਾਗੂ ਕਰ ਲੈਣੀ ਹੈ ਜਿਹੜੀ ਅਸਲੀ ਕਹਾਣੀ ਹੈ ਉਹ ਸਾਡੇ ਦਿਮਾਗ 'ਚ ਚੱਲਦੀ ਆ ਕਹਿ ਲਓ ਸਾਡੇ ਅਚੇਤਨ ਮਨ 'ਚ ਚੱਲਦੀ ਆ ਸਾਡੇ ਮਨ ਦੇ ਵਿੱਚ ਕੀ ਦੌੜ ਰਿਹਾ ਉਹਦੇ ਤੇ ਬਹੁਤ ਨਿਰਭਰ ਕਰਦਾ ਇੱਕ ਗੱਲ ਜੇ ਆਪਾਂ ਸੋਚ ਕੇ ਦੇਖੀਏ ਜਦੋਂ ਕਦੇ ਮੰਨ ਲਓ ਆਪਾਂ ਟੂ ਟਾਰ ਤੇ ਜਾਣਾ ਹੁੰਦਾ ਜਾਂ ਕਹਿ ਲਓ ਕਿਤੇ ਪਿਕਨਿਕ ਤੇ ਚੱਲੇ ਆ ਕਿਤੇ ਆਪਾਂ ਕੋਈ ਧਾਰਮਿਕ ਸਥਾਨ ਦੀ ਯਾਤਰਾ ਤੇ ਚੱਲੇ ਆ ਜਾਂ ਯਾਰਾਂ ਦੋਸਤਾਂ ਦੇ ਕਿਸੇ ਫੰਕਸ਼ਨ ਤੇ ਚੱਲੇ ਆ ਤਾਂ ਆਪਾਂ ਸਵੇਰੇ ਜਿੰਨੇ ਵਜੇ ਉੱਠਣਾ ਹੁੰਦਾ ਨਾ ਉਦੋਂ ਪਹਿਲਾਂ ਉੱਠ ਖੜਦੇ ਆ ਪਹਿਲਾਂ ਉੱਠੇ ਬੈਠੇ ਉਹਨੇ ਮੰਨ ਲਓ ਅਸੀਂ ਜੇ 5 ਵਜੇ ਦਾ అలਾਰਮ ਲਾਇਆ ਨਾ ਅਸੀਂ 4:30 ਮਿੰਟ ਤੇ ਉੱਠੇ ਫਿਰਦੇ ਹੁੰਨੇ ਆ ਉਹ ਦਿਮਾਗ 'ਚ ਸਾਡੇ ਇੱਕ ਚਾ ਹੁੰਦਾ ਜਦੋਂ ਅਸੀਂ ਰਾਤ ਨੂੰ ਸੌਣ ਲੱਗਦੇ ਆ ਤਾਂ ਜਿਹੜਾ ਸਾਡਾ ਸਬਕੌਨਸ਼ੀਅਸ ਮਾਈਂਡ ਆ ਉਹ ਇੱਕ ਐਕਸ਼ਨ ਜਾਂ ਲੈ ਲੈਂਦਾ ਵੀ ਮੈਂ ਤੜਕੇ ਸਵੇਹਾ ਉੱਠਣਾ ਉਹਦੇ ਅੰਦਰ ਉਹ ਗੱਲ ਵਸ ਜਾਂਦੀ ਆ ਵੀ ਹਾਂ ਯਾਰ ਮੈਂ ਉੱਠਣਾ ਹੀ ਉੱਠਣਾ ਉਹਦੇ ਅੰਦਰ ਇੱਕ ਚਾ ਹੁੰਦਾ ਤੇ ਉਹ ਸਾਨੂੰ ਉਹਨੇ ਟਾਈਮ ਤੋਂ ਪਹਿਲਾਂ ਹੀ ਠਾ ਦਿੰਦਾ ਸਾਨੂੰ అలਾਰਮ ਦੀ ਜ਼ਰੂਰਤ ਵੀ ਨਹੀਂ ਪੈਂਦੀ ਜਾ ਜੇ ਆਪਾਂ ਦੇਖੀਏ ਜਦੋਂ ਆਪਾਂ ਨੂੰ ਸਕੂਲ ਟਾਈਮ ਤੇ ਛੁੱਟੀ ਆਉਂਦੀ ਹੁੰਦੀ ਸੀ ਜਦੋਂ ਤਾਂ ਅਸੀਂ ਸਕੂਲ ਜਾਣਾ ਹੁੰਦਾ ਸੀ ਉਦੋਂ ਤਾਂ ਅਸੀਂ ਮੰਨ ਲਓ ਸਾਡਾ 8 ਵਜੇ ਸਕੂਲ ਲੱਗਣਾ ਸੀ 7 ਵਜੇ ਕਿਤੇ ਜਾ ਕੇ ਉੱਠਦੇ ਜਿੱਦ ਦੇ ਸਾਨੂੰ ਛੁੱਟੀ ਹੁੰਦੀ ਸੀ ਉਹਦੇ ਤੜਕੀ 6 ਵਜੇ ਉੱਠੇ ਫਿਰਦੇ ਹੁੰਦੇ ਸੀ ਚਲੋ ਗੁੱਲੀ ਡੰਡਾ ਖੇਡ ਲਈਏ ਬੈਟ ਵੱਲੇ ਜੇ ਹਾਕੀਆਂ ਊਕੀਆਂ ਜਾਂ ਚੱਕੀ ਫਿਰਦੇ ਚਾਲੇ ਯਾਰ ਕੋਸ ਖੇਡਦੇ ਆ ਗੋਲੀਆਂ ਜੀਆਂ ਲਈ ਫਿਰਦੇ ਹੁੰਦੇ ਸੀ ਹਨਾ ਵੀ ਖੇਡਾਂਗੇ ਓਏ ਚਾਹ ਹੁੰਦਾ ਸੀ ਦਿਮਾਗ 'ਚ ਕਿਉਂਕਿ ਰਾਤ ਨੂੰ ਸੌਣ ਵੇਲੇ ਨਾ ਸਾਡੇ ਦਿਮਾਗ ਨੂੰ ਇੱਕ ਸੰਦੇਸ਼ ਵਗ ਜਾਂਦਾ ਸੀ ਵੀ ਯਾਰ ਕੱਲ ਦੀ ਛੁੱਟੀ ਆ ਨਜ਼ਾਰਾ ਆਊਗਾ ਤੜਕੇ ਸਵੇਹਾ ਉੱਠਾਂਗੇ ਉਹ ਆਪੇ ਹੀ ਅੰਦਰ ਐਕਸ਼ਨ ਹੋ ਜਾਂਦਾ ਸੀ ਤੇ ਉਹ ਸਾਨੂੰ ਸਵੇਰੇ ਜਲਦੀ ਠਾਹ ਦਿੰਦਾ ਸੀ ਫਿਰ ਅਸੀਂ ਉੱਠ ਕੱਢਦੇ ਹੀ ਸਾਨੂੰ ਪਤਾ ਵੀ ਅੱਜ ਤਾਂ ਛੁੱਟੀ ਆ ਅੱਜ ਤਾਂ ਆਪਣੇ ਨਜ਼ਾਰੇ ਹੀ ਨੇ ਤੇ ਆਪਾਂ ਐਕਟਿਵ ਹੋ ਜਾਂਦੇ ਸੀ ਇਹ ਆ ਸਾਡੀ ਦਿਮਾਗੀ ਖੇਡ ਇੱਕ ਹੋਰ ਤੁਹਾਨੂੰ ਹੱਡ ਵੀਤੀ ਸੁਣਾ ਦਈਏ ਕਿ ਕਾਲਜ ਟਾਈਮ ਤੇ ਅਸੀਂ ਐਨਸੀਸੀ ਦਾ ਕੈਂਪ ਲਾਉਣ ਗਏ ਜਿਹੜਾ ਮੇਰੇ ਨਾਲ ਮੇਰਾ ਦੋਸਤ ਸੀ ਉਹਨੂੰ ਅਕਸਰੇ ਸ਼ਿਕਾਇਤ ਰਹਿੰਦੀ ਸੀ ਵੀ ਸਵੇਰੇ ਜਲਦੀ ਉੱਠਿਆ ਜਾਂ ਨਹੀਂ ਜਾਂਦਾ ਵੀ ਪਤਾ ਨਹੀਂ ਕੁਛ ਇਹੋ ਜਿਹਾ ਹੈਗਾ ਜਿਹੜਾ ਮੈਨੂੰ ਉੱਠਣ ਨਹੀਂ ਦਿੰਦਾ ਤੇ ਐਨਸੀਸੀ ਦੇ ਕੈਂਪ ਤੇ ਕੀ ਹੋਇਆ ਉਹ ਸਵੇਰੇ ਜਲਦੀ 4 ਵਜੇ ਸਵੇਰ 4 ਹੀ ਉੱਠ ਜਿਆ ਕਰੇ ਤੇ ਉਹ ਕਿਉਂ ਉੱਠ ਜਾਂਦਾ ਸੀ ਉਹਦੇ ਪਿੱਛੇ ਕਾਰਨ ਇਹ ਸੀ ਵੀ ਸੌਣ ਲੱਗੇ ਹੀ ਉਹਦੇ ਦਿਮਾਗ 'ਚ ਇਹ ਗੱਲ ਆ ਜਾਂਦੀ ਸੀ ਵੀ ਜੇ ਮਿੱਤਰਾ ਤੜਕੇ ਸੁਦੇਹਾਂ ਨਾ ਉઠੇ ਤਾਂ ਫੌਜੀਆ ਨੇ ਰਗੜਾ ਬਹੁਤ ਫੇਰਨਾ ਇਹਨਾਂ ਨੇ ਗੇੜੇ ਲਵਾ ਲਵਾਈ ਧੂਆਂ ਘੜ ਦੇਣਾ ਇਸ ਕਰਕੇ ਪਹਿਲੇ ਹੀ ਦਿਮਾਗ 'ਚ ਇੱਕ ਸੰਦੇਸ਼ ਵਗ ਜਾਂਦਾ ਸੀ ਵੀ ਤੜਕੇ ਜਲਦੀ ਉੱਠਣਾ ਹੀ ਉੱਠਣਾ ਆਪਾਂ ਵੀ ਉਹੀ ਕੰਮ ਕਰਨਾ ਆਪਦੇ ਦਿਮਾਗ ਨੂੰ ਜੇ ਸੰਦੇਸ਼ ਦੇ ਕੇ ਪੈ ਜਾਾਂਗੇ ਵੀ ਤੜਕੇ ਮੈਂ ਉੱਠਣਾ ਹੀ ਉੱਠਣਾ ਆਪਾਂ ਨੂੰ ਉਹ ਸਵੇਰੇ ਜ਼ਰੂਰ ਠਾ ਦੂਗਾ ਹੁਣ ਅਗਲੀ ਗੱਲ ਆ ਗਈ ਇਹ ਸੰਦੇਸ਼ ਦੇਣ ਦੀ ਅਸੀਂ ਕਹਿ ਦਾਂਗੇ ਵੀ ਇੱਕ ਦਿਨ ਦੋ ਦਿਨ ਤਾਂ ਅਸੀਂ ਸੰਦੇਸ਼ ਦੇ ਲਿਆ ਸੀ ਰੋਜ਼ ਹੀ ਕਿਵੇਂ ਸੰਦੇਸ਼ ਦੇਈ ਚੱਲਾਂਗੇ ਇਹਦਾ ਆਪਾਂ ਹੱਲ ਇਸ ਤਰੀਕੇ ਨਾਲ ਕਰਨਾ ਵੀ ਆਪਾਂ ਸਵੇਰੇ ਉੱਠ ਕੇ ਅਸੀਂ ਹੁਣ 2 ਘੰਟੇ ਪਹਿਲਾਂ ਉੱਠ ਰਹੇ ਹਾਂ ਜਿਹੜੇ ਅਸੀਂ ਉਹ 2 ਘੰਟਿਆਂ 'ਚ ਕੰਮ ਕਰਨੇ ਨੇ ਉਹ ਅਸੀਂ ਆਪਦੇ ਦਿਮਾਗ 'ਚ ਲਿਆਇਆ ਕਰੀਏ ਪਹਿਲਾਂ ਹੀ ਜਦੋਂ ਸੌਣ ਲੱਗੇ ਆ ਕਹਿ ਲਓ ਵੀ ਯਾਰ ਤੜਕੇ ਉੱਠ ਕੇ ਮੈਂ ਆਹ ਕੰਮ ਕਰਨੇ ਨੇ ਸਾਡਾ ਦਿਮਾਗ ਫਿਰ ਸਾਨੂੰ ਐਕਟਿਵ ਕਰ ਦੂਗਾ ਉਸ ਟਾਈਮ ਤੇ ਵੀ ਉੱਠ ਤੂੰ ਆਹ ਕੰਮ ਕਰਨੇ ਨੇ ਹੁਣ ਜਿੰਨੇ ਅਕਸਰ ਅਸੀਂ ਸ਼ਿਕਾਇਤ ਕਰਦੇ ਰਹੇ ਹਾਂ ਵੀ ਦਿਨੇ ਸਾਨੂੰ ਟਾਈਮ ਨਹੀਂ ਲੱਗਦਾ ਅਸੀਂ ਬੜੇ ਬੀਜ਼ੀ ਆ ਸਾਡੇ ਤੋਂ ਆਹ ਕੰਮ ਨਹੀਂ ਹੁੰਦਾ ਜੇ ਮੇਰੇ ਕੋਲ ਟਾਈਮ ਹੋਵੇ ਤਾਂ ਮੈਂ ਆਹ ਕਰਾਂ ਅਸੀਂ ਉਹ ਇੱਕ ਰੁਟੀਨ ਕੱਢ ਕੇ ਸਵੇਰੇ ਫਿਕਸ ਕਰ ਸਕਦੇ ਹਾਂ ਸਵੇਰੇ ਦਾ ਸਾਡਾ ਕੋਈ ਰੁਟੀਨ ਤੋੜ ਨਹੀਂ ਸਕਦਾ ਸਾਨੂੰ ਪਤਾ ਜੇ ਅਸੀਂ 4 ਵਜੇ 5 ਵਜੇ ਉੱਠ ਗਏ ਸਾਨੂੰ ਕਿਸੇ ਨੇ ਡਿਸਟਰਬ ਨਹੀਂ ਕਰਨਾ ਉਹ ਤਾਂ ਸਾਡਾ ਹੀ ਆ ਸਮਾਂ ਅਸੀਂ ਕੋਸ਼ਿਸ਼ ਕਰੀਏ ਮੰਨ ਲਓ ਕਿਸੇ ਨੂੰ ਗਾਉਣ ਦਾ ਸ਼ੌਂਕ ਆ ਲੇਖਣ ਦਾ ਸ਼ੌਂਕ ਆ ਪੜਨ ਦਾ ਸ਼ੌਂਕ ਆ ਕੋਈ ਕਿਸੇ ਨੂੰ ਕੋਈ ਬਾਜਾ ਵਜਾਉਣ ਦਾ ਸ਼ੌਂਕ ਆ ਕੋਈ ਤਬਲਾ ਵਜਾਉਣ ਦਾ ਸ਼ੌਂਕ ਆ ਕੋਈ ਪੇਂਟਿੰਗ ਕਰਨ ਦਾ ਸ਼ੌਂਕ ਆ ਆਪਾਂ ਉਹ ਸ਼ੌਂਕ ਨੂੰ ਬੰਨ੍ਹ ਲਈਏ ਵੀ ਹਾਂ ਯਾਰ ਇਹ ਤਾਂ ਮੈਂ ਕੰਮ ਟੜਕੇ ਉੱਠ ਕੇ ਹੀ ਕਰ ਸਕਦਾ ਇਹ ਤਾਂ ਮੈਂ ਕਰ ਨਹੀਂ ਕਰਨਾ ਮੈਂ ਟੜਕੇ ਉੱਠ ਕੇ ਪੜ ਸਕਦਾ ਮੈਂ ਪੜਨਾ ਹੀ ਪੜਨਾ ਦਿਨੇ ਤਾਂ ਮੈਂ ਡਿਸਟਰਬ ਹੋਣਾ ਮੈਂ ਲਿਖਦਾਗਾ ਮੈਂ ਟੜਕੇ ਉੱਠ ਕੇ ਲਿਖੂਗਾ ਜਦੋਂ ਆਪਾਂ ਇਸ ਤਰ੍ਹਾਂ ਬੰਨ ਲਿਆ ਤਾਂ ਸਾਡਾ ਦਿਮਾਗ ਪੈਣ ਵੇਲੇ ਸੰਦੇਸ਼ ਦੇ ਦੂ ਵੀ ਟੜਕੇ ਉੱਠ ਕੇ ਤੂੰ ਆਹ ਕੰਮ ਕਰਨਾ ਆਪਾਂ ਆਪਣੇ ਦਿਮਾਗ ਨੂੰ ਸੰਦੇਸ਼ ਦੇ ਕੇ ਪੈ ਜਾਾਂਗੇ ਤਾਂ ਉਹ ਸਵੇਰੇ ਸਾਨੂੰ ਜ਼ਰੂਰ ਉਠਾ ਦੂਗਾ ਨਾਲੇ ਤਾਂ ਅਸੀਂ ਸਵੇਰੇ ਜਲਦੀ ਉੱਠ ਜਾਾਂਗੇ ਨਾਲੇ ਅਸੀਂ ਆਪਦਾ ਕੰਮ ਕਰ ਲਾਂਗੇ ਤੇ ਅਗਲੀ ਗੱਲ ਆ ਗਈ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਜਦੋਂ ਅਸੀਂ ਸਵੇਰੇ ਉੱਠਦੇ ਆ ਇਹ ਵੀ ਕਹਿ ਲਓ ਦੋ ਗੱਲਾਂ ਨੇ ਪਹਿਲੀ ਗੱਲ ਤਾਂ ਇਹ ਆ ਵੀ ਸਾਡੀ ਨੀਂਦ ਖੁੱਲ ਗਈ ਨੀਂਦ ਖੁੱਲਣ ਤੋਂ ਭਾਵ ਵੀ ਸਾਡੀਆਂ ਅੱਖਾਂ ਖੁੱਲ ਗਈਆਂ ਸਾਨੂੰ ਜਾਗ ਆ ਗਈ ਸਾਨੂੰ ਪਤਾ ਲੱਗ ਗਿਆ ਵੀ ਸਵੇਰ ਹੋ ਗਈ ਪਰ ਅਸੀਂ ਬਿਸਤਰੇ 'ਚ ਪਏ ਹੀ ਆ ਦੂਜੀ ਗੱਲ ਆ ਵੀ ਬਿਸਤਰੇ ਤੋਂ ਖੜੇ ਹੋ ਜਾਣਾ ਬਿਸਤਰੇ ਤੋਂ ਉੱਠਿਆ ਆਉਣਾ ਇਹ ਦੋਨੇ ਆਡਾ ਡਾ ਕੰਮ ਨੇ ਬਹੁਤ ਵਾਰ ਅਸੀਂ ਨੋਟ ਕਰਦੇ ਆਂ ਵੀ ਨੀਂਦ ਤਾਂ ਸਾਡੀ ਬਹੁਤ ਵਾਰ ਖੁੱਲਦੀ ਆ ਪਰ ਐਂ ਜੇ ਹੁੰਦਾ ਵੀ ਯਾਰ ਚਲੋ ਛੱਡ ਜਾ ਅੱਜ ਇੱਕ ਦਿਨ ਕਰੇ ਨਾਲ ਕੀ ਹੋਊ ਯਾਰ ਪੈ ਜਾਣੇ ਆ 2 ਘੰਟੇ ਹੋਰ ਪੈ ਜਾਣੇ ਆ ਸੌਂ ਜਾਂਨੇ ਆ ਨੀਂਦ ਜ਼ਰੂਰ ਖੁੱਲ ਜਾਂਦੀ ਆ ਪਰ ਆਪਾਂ ਖੜੇ ਨਹੀਂ ਹੁੰਦੇ ਆਪਾਂ ਉੱਠਦੇ ਨਹੀਂ ਇਹ ਦੋਨੇ ਕਿਰਿਆਵਾਂ ਆ ਡੜਨੇ ਆਪਾਂ ਦਿਮਾਗ 'ਚ ਇਹ ਰੱਖਣਾ ਜਦੋਂ ਹੀ ਨੀਂਦ ਖੁੱਲ ਗਈ ਆ ਆਪਣੇ ਦਿਮਾਗ ਨੂੰ ਸੰਦੇਸ਼ ਮਾਰਨਾ ਵੀ ਉੱਠ ਯਾਰ ਕਰੀ ਕੀ ਜਾਨਾ ਤੂੰ ਤੂੰ ਆ ਕੰਮ ਕਰਨੇ ਨੇ ਖੜਾ ਹੋ ਅੱਜ 2 ਘੰਟੇ ਲੰਘ ਗਏ ਤਾਂ ਇਹ 2 ਘੰਟੇ ਦੁਬਾਰੇ ਨਹੀਂ ਆਉਣੇ ਤੇ ਜੇ ਤੂੰ ਅੱਜ ਨਹੀਂ ਉੱਠ ਸਕਦਾ ਉੱਠਿਆ ਤੇ ਥੋ ਕੱਲ ਵੀ ਨਹੀਂ ਜਾਣਾ ਕੱਲ ਨੂੰ ਵੀ ਇਹੀ ਬਹਾਨੇ ਬਣਾਏਗਾ ਜਿਹੜੀ ਤੂੰ ਕੱਲ ਨੂੰ ਉੱਠਣ ਦੀ ਗੱਲ ਕਰਦਾ ਉਹ ਅੱਜ ਹੀ ਪੂਰੀ ਕਰ ਦੇ ਚਲ ਖੜਾ ਹੋ ਛਾਲ ਮਾਰ ਉੱਠ ਖੜਨਾ ਪਾਣੀ ਪੂਣੀ ਪੀ ਲੈਣਾ ਮੂੰਹ ਹੱਥ ਧੋ ਲੈਣਾ ਤੇ ਐਕਟਿਵ ਹੋ ਕੇ ਆਪਦੇ ਕੰਮ 'ਚ ਲੱਗ ਜਾਣਾ ਜਿਹੜਾ ਅਸੀਂ ਕਰਨਾ ਚਾਹੁੰਨੇ ਆ ਤੇ ਇਹ ਆ ਸਾਰੀ ਖੇੜ ਸਾਡੀ ਸਵੇਰੇ ਉੱਠਣ ਦੀ ਅਸੀਂ ਸਰੀਰਕ ਤੌਰ ਤੇ ਵੀ ਸੈੱਟ ਰਹਿਣਾ ਟਾਈਮ ਨਾਲ ਸੌਂ ਜਾਣਾ ਫੇਰ ਹੀ ਸਵੇਰੇ ਜਲਦੀ ਉੱਠਾਂਗੇ ਤੇ ਅਸੀਂ ਮੈਂਟਲੀ ਆਪਦੇ ਦਿਮਾਗ ਨੂੰ ਤਿਆਰ ਕਰਕੇ ਸੌਣਾ ਵੀ ਮਿੱਤਰਾ ਤੂੰ ਤੜਕੇ ਉੱਠਣਾ ਹੀ ਉੱਠਣਾ ਤੜਕੇ ਉੱਠ ਕੇ ਤੂੰ ਆਹ ਕੰਮ ਕਰਨੇ ਨੇ ਪੈਣ ਲੱਗੇ ਆਪਦੇ ਦਿਮਾਗ 'ਚ ਸੋਚ ਲਓ ਵੀ ਆਹਾ ਮੈਂ ਸਵੇਰੇ ਉੱਠ ਕੇ ਕਰੂੰਗਾ ਫੇਰ ਸਾਡਾ ਦਿਮਾਗ ਸਾਨੂੰ ਸਾਡੇ అలਾਰਮ ਵੱਜਣ ਤੋਂ ਪਹਿਲਾਂ ਠਾ ਦੂਗਾ ਤੇ ਯਕੀਨ ਮੰਨਿਓ ਜਦੋਂ ਅਸੀਂ ਇਹਨਾਂ ਦੋਨਾਂ ਚੀਜ਼ਾਂ 'ਚ નિਪੁੰਨ ਹੋ ਗਏ ਸਾਨੂੰ అలਾਰਮ ਦੀ ਜ਼ਰੂਰਤ ਹੀ ਨਹੀਂ ਪੈਣੀ ਆਪਣੇ ਆਪ 4 ਵਜੇ 5 ਵਜੇ ਜਿੰਨੇ ਵਜੇ ਅਸੀਂ ਫਿਕਸ ਕਰਾਂਗੇ ਉੱਠ ਖੜਿਆ ਕਰਾਂਗੇ ਤੇ ਉੱਠ ਕੇ ਆਪਦਾ ਕੰਮ ਕਰਿਆ ਕਰਾਂਗੇ ਤੇ ਜੇ ਅਸੀਂ ਇਹ ਟਾਈਮ ਤੇ ਕੰਮ ਕਰਾਂਗੇ ਸਾਡਾ ਦਿਮਾਗ ਫਰੈਸ਼ ਹੁੰਦਾ ਤਾਂ ਦੁੱਗਣੀ ਤਿੱਗਣੀ ਆਉਟਪੁੱਟ ਦਿੰਦਾ ਤੇ ਇਹ ਸੀ ਸਾਰੀ ਸਵੇਰੇ ਉੱਠਣ ਦੀ ਕਹਾਣੀ ਪੂਰੀ ਉਮੀਦ ਕਰਦੇ ਆਂ ਵੀ ਅੱਜ ਤੋਂ ਬਾਅਦ ਸਾਰਿਆਂ ਨੂੰ ਇਹ ਗੱਲਾਂ ਸਮਝ ਆ ਗਈਆਂ ਹੋਣਗੀਆਂ ਤੇ ਇਹਨਾਂ ਨੂੰ ਲਾਗੂ ਕਰਕੇ ਸਵੇਰੇ ਜਲਦੀ ਉੱਠਣਾ ਸ਼ੁਰੂ ਕਰ ਦੇਾਂਗੇ ਸਰੀਰਕ ਤੌਰ ਤੇ ਵੀ ਤੇ ਦਿਮਾਗੀ ਤੌਰ ਤੇ ਵੀ ਕੰਮ ਕਰਾਂਗੇ ਤੇ ਸਵੇਰੇ ਜਲਦੀ ਉੱਠਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਆਪਦੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਮਾ ਰਿਸ਼ਤੇਦਾਰਾਂ ਨਾਲ ਵੀ ਸ਼ੇਅਰ ਕਰਿਓ ਅਗਲੀ ਵੀਡੀਓ ਲੈ ਕੇ ਜਲਦੀ ਫੇਰ ਆਜ ਰੋਵਾਂਗੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ